ਸਤਿ ਸ਼੍ਰੀ ਅਕਾਲ ਜੀ। ਮੈਂ ਸੰਦੇਸ਼ ਔਲਖ ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਬੋਲ ਪੰਜਾਬੀ, ਜਿਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਮੁਲਾਕਾਤ ਹੁੰਦੀ ਹੈ ਤੇ ਅਸੀਂ ਢੇਰ ਸਾਰੀਆਂ ਗੱਲਾਂ ਕਰਦੇ ਹੈਗੇ ਹਾਂ ਤੇ ਸਾਡੇ ਵਿਹੜੇ ਦੇ ਵਿੱਚ ਮਹਿਮਾਨ ਵੀ ਹੁੰਦੇ ਨੇ। ਪਰ ਪਹਿਲਾਂ ਜੇ ਤੁਸੀਂ ਕਿਤੇ ਮਾੜਾ ਜਿਹਾ ਵੀ ਭੁੱਲ ਗਏ ਨਾ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਬੋਲ ਪੰਜਾਬੀ ਹੈਗਾ, ਖਾਲਸ ਪੰਜਾਬੀ ਹੈਗਾ ਤੇ ਇੱਥੇ ਪੰਜਾਬੀ ਹੀ ਬੋਲਣੀ ਹੈਗੀ ਹੈ। ਪੰਜਾਬੀ ਤੋਂ ਇਲਾਵਾ ਹੋਰ ਕੋਈ ਵੀ ਬੋਲੀ ਇੱਥੇ ਤੁਸੀਂ ਬਿਲਕੁਲ ਵੀ ਨਹੀਂ ਬੋਲਣੀ ਹੈਗੀ। ਸਜ਼ਾ ਮਿਲ ਜਾਂਦੀ ਹੁੰਦੀ ਹੈ, ਤੁਹਾਨੂੰ ਯਾਦ ਹੋਊਗਾ ਕਿ ਸਜ਼ਾ ਦੇ ਤੌਰ ਤੇ ਤੁਹਾਡੀ ਹਾਕ ਵੀ ਕੱਟੀ ਜਾਂਦੀ ਹੁੰਦੀ ਹੈ ਦੋ ਗਲਤੀਆਂ ਤੋਂ ਬਾਅਦ। ਤੇ ਮਹਿਮਾਨਾਂ ਨੂੰ ਆਪਾਂ ਲਗਾ ਦਿੰਦੇ ਹੁੰਦੇ ਹਾਂ ਜੁਰਮਾਨਾ, ਜਿਹੜਾ ਲਾਲ ਰੰਗ ਦਾ ਸਾਡਾ ਜੁਰਮਾਨਾ ਬਕਸਾ ਪਿਆ ਹੈਗਾ, ਜੁਰਮਾਨਾ ਇਹਦੇ ਵਿੱਚ ਉਹਨਾਂ ਨੂੰ ਪਾਉਣਾ ਹੀ ਪੈਂਦਾ ਹੈਗਾ। ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਜਿਹੜੀ ਪੰਜਾਬੀ ਹੈਗੀ ਹੈ ਕਿੰਨੀ ਕੁ ਵਧੀਆ ਹੈਗੀ ਆ। ਤੇ ਅੱਜ ਵੀ ਸਾਡੇ ਵਿਹੜੇ ਦੇ ਵਿੱਚ ਹੈਗੇ ਨੇ ਜੀ ਮੌਜੂਦ ਸਾਡੇ ਖਾਸ ਮਹਿਮਾਨ, ਜਿਨ੍ਹਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਤੁਸੀਂ ਹਾਕ ਮਾਰ ਸਕਦੇ ਹੋ। ਹਾਕ ਮਾਰਨ ਦੇ ਲਈ ਜਿਹੜਾ ਤੁਹਾਨੂੰ ਤੁਹਾਡੇ ਟੈਲੀਵਿਜ਼ਨ ਦੇ ਉੱਪਰ ਨੰਬਰ ਨਜ਼ਰ ਆ ਰਿਹਾ ਹੈ ਉਹ ਮਿਲਾਓ ਆਪਣੇ ਦੂਰ ਸੰਚਾਰ ਯੰਤਰ ਯਾਨੀ ਕਿ ਟੈਲੀਫੋਨ ਦੇ ਉੱਪਰ ਤੇ ਹਾਕ ਮਾਰੋ, ਆਪਣੀਆਂ ਫਰਮਾਇਸ਼ਾਂ ਵੀ ਰੱਖੋ ਤੇ ਨਾਲੋ ਨਾਲ ਗੱਲਾਂ ਵੀ ਕਰੋ। ਤੇ ਫਿਲਹਾਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਅੱਜ ਸਾਡੇ ਬੋਲ ਪੰਜਾਬੀ ਦੇ ਵਿਹੜੇ ਦੀਆਂ ਰੌਣਕਾਂ ਵਧਾਉਣ ਦੇ ਲਈ ਕੌਣ ਪਹੁੰਚਿਆ ਹੈ ਸਾਡੇ ਕੋਲ, ਸਾਡੇ ਵਿਹੜੇ ਦੇ ਵਿੱਚ ਕੌਣ ਆਇਆ ਹੈ ਜਿਸਨੇ ਰੌਣਕਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਹੈਗੀਆਂ ਨੇ ਸਾਡੇ ਬੋਲ ਪੰਜਾਬੀ ਦੀਆਂ। ਤਾਂ ਐਂ ਕਰਦੇ ਹਾਂ ਸਿੱਧਾ ਉਹਨਾਂ ਵੱਲ ਚੱਲਦੇ ਹਾਂ। ਤਾਂ ਅੱਜ ਬੋਲ ਪੰਜਾਬੀ ਦੇ ਵਿੱਚ ਮੌਜੂਦ ਨੇ, ਹਾਜ਼ਰ ਨੇ ਸਾਡੇ ਖਾਸ ਮਹਿਮਾਨ ਰੀਤ ਕੌਰ। ਤਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਨਹੀਂ ਕਹਿਣਾ ਕਿਉਂਕਿ ਇਹ ਹੈਗਾ ਮੇਰਾ ਪੰਜਾਬੀ ਤੇ ਇੱਥੇ ਬੋਲਣੀ ਹੈਗੀ ਆ ਸਿਰਫ ਤੇ ਸਿਰਫ ਪੰਜਾਬੀ। ਧੰਨਵਾਦ। ਇੱਥੇ ਆਪਾਂ ਦੇਖਣਾ ਵੀ ਹੈਗਾ ਕਿ ਤੁਹਾਡੀ ਪੰਜਾਬੀ ਕਿੰਨੀ ਕੁ ਵਧੀਆ ਹੈਗੀ ਹੈ ਤੇ ਤੁਸੀਂ ਮਿਲਾਵਟ ਤਾਂ ਨਹੀਂ ਕਰਦੇ। ਹਾਂਜੀ, ਇੱਕ ਆਪਾਂ ਗਲਤੀਆਂ ਚਲੋ ਇੱਥੇ ਮਾਫ ਕਰ ਦਿੰਨੇ ਹੁੰਨੇ ਆ, ਤੁਹਾਡੀਆਂ ਕਿੰਨੀਆਂ ਗਲਤੀਆਂ ਮਾਫ ਕਰਤੀ ਹੈ? ਮੈਂ ਤਾਂ ਜ਼ਿਆਦਾ ਹੀ ਕਹੂੰਗੀ। ਨਾ ਨਾ ਨਾ, ਜ਼ਿਆਦਾ ਨਹੀਂ, ਫਿਰ ਵੀ ਕਿੰਨੀਆਂ ਕੁ? 20 ਤਾਂ ਬਾਲੀਆਂ ਜ਼ਿਆਦਾ ਹੋ ਗਈਆਂ। 5 ਕੁ ਕਰ ਦਿੰਨੇ ਆ। ਚਲੋ 5 ਬਹੁਤ ਘੱਟ ਹੈ, ਚਲੋ 10 ਕਰ ਦਿੰਨੇ ਆ ਤੁਹਾਡੇ ਲਈ, ਠੀਕ ਹੈ? 15 ਡਨ। ਨਾ ਨਾ, ਸੌਰੀ, 2 ਤਾਂ ਹੋ ਗਈਆਂ। ਆਪਾਂ 10 ਗਲਤੀਆਂ ਹੈਗੀਆਂ ਨੇ ਜਿਹੜੀਆਂ ਰੀਤ ਦੀਆਂ ਮਾਫ ਕਰ ਦੇਵਾਂਗੇ। ਤੁਸੀਂ ਵੀ ਮੇਰਾ ਸਾਥ ਦਿਓ ਗਲਤੀਆਂ ਫੜਨ ਦੇ ਵਿੱਚ ਤੇ ਰੀਤ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੋਲ ਪੰਜਾਬੀ ਦੇ ਵਿੱਚ। ਤੇ ਅੱਜ ਦੇਖੋ ਇਹ ਨਾ ਸਮਝੋ ਕਿ ਤੁਹਾਡੀ ਕੋਈ ਪ੍ਰੀਖਿਆ ਹੈਗੀ ਆ, ਤੇ ਇਹ ਸਮਝ ਵੀ ਸਕਦੇ ਹੋ ਵੈਸੇ ਵੀ ਤੁਹਾਡਾ ਕੋਈ ਇਮਤਿਹਾਨ ਹੋ ਰਿਹਾ ਹੈ, ਸ਼ੁਰੂ ਹੋ ਚੁੱਕਿਆ ਵੀ ਤੁਹਾਡੀ ਪੰਜਾਬੀ ਹੈਗੀ ਆ ਜਿਹੜੀ ਪੰਜਾਬ ਦੀ ਧੀ ਹੋ ਤੁਸੀਂ, ਵੀ ਕਿੰਨੀ ਕੁ ਸੋਹਣੀ ਹੈਗੀ ਹੈ। ਪਹਿਲਾਂ ਆਪਾਂ ਵਿਹੜੇ ਦੀਆਂ ਰੌਣਕਾਂ ਵਧਾ ਦਿੰਦੇ ਹਾਂ ਗੀਤ ਦੇ ਨਾਲ। ਨੀ ਇੱਕ ਮੇਰੀ ਅੱਖ ਕਾਸ਼ਨੀ, ਨੀ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਨੀਂਦਰ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਹਰ ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਨੀ ਇੱਕ ਮੇਰੀ ਅੱਖ ਕਾਸ਼ਨੀ। ਪਾਜੀ ਵਾ, ਬਹੁਤ ਖੂਬ, ਬਹੁਤ ਸੋਹਣਾ ਗਾਉਂਦੇ ਹੈਗੇ ਹੋ। ਜਿੰਨੇ ਸੋਹਣੇ ਤੁਸੀਂ ਹੈਗੇ ਹੋ ਉਨਾ ਹੀ ਸੋਹਣਾ ਤੁਸੀਂ ਗਾਉਂਦੇ ਵੀ ਹੈਗੇ ਹੋ ਤੁਸੀਂ। ਤੇ ਹੁਣ ਤੁਸੀਂ ਐਂ ਕਰੋ, ਸਰੋਤ ਜਿਹੜੇ ਦਰਸ਼ਕ ਹੈਗੇ ਨੇ, ਜਿਹੜੇ ਤੁਹਾਨੂੰ ਇੰਨਾ ਪਿਆਰ ਦਿੰਦੇ ਹੈਗੇ ਨੇ, ਜਿਹੜੇ ਤੁਹਾਨੂੰ ਇੰਨਾ ਚਾਹੁੰਦੇ ਹੈਗੇ ਨੇ, ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਸੱਦਾ ਦੇ ਦਿਓ ਬੋਲ ਪੰਜਾਬੀ ਦਾ। ਹਾਂਜੀ, ਸਾਰੇ ਸਰੋਤੇ ਜੋ ਦੇਖ ਰਹੇ ਨੇ, ਜੋ ਨਹੀਂ ਦੇਖ ਰਹੇ, ਸਾਰੇ ਆਓ ਤੇ ਕਾਲਸ ਕਰੋ ਸਾਨੂੰ। ਕਾਲ ਤਾਂ ਬੋਲ ਸਕਦੇ ਹਾਂ, ਹਾਕਾ ਹਾਕਾ ਮਾਰਨੀ ਹੈ। ਅੱਛਾ, ਸਾਨੂੰ ਹਾਕਾ ਮਾਰੋ, ਆਓ ਸਾਡੇ ਨਾਲ ਗੱਲ ਕਰੋ, ਆਪਣੇ ਸਵਾਲ ਰੱਖੋ ਤੇ ਜਲਦੀ ਜਲਦੀ ਆ ਜਾਓ, ਜਲਦੀ ਜਲਦੀ ਆ ਜਾਓ ਤੁਸੀਂ। ਤੇ ਇਸ ਵਾਰ ਤਾਂ ਚੰਗਾ ਹੈਗਾ ਕਿ ਤੁਹਾਡੀਆਂ ਹੱਕਾਂ ਜਿਹੜੀਆਂ ਹੁਣੇ ਤੋਂ ਸੁਣੀਆਂ ਆਪਾਂ ਸ਼ੁਰੂ ਕਰ ਦੇਵਾਂਗੇ। ਤੇ ਫਿਲਹਾਲ ਆਪਾਂ ਰੀਤ ਤੋਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਦੇ ਹੈਗੇ ਹਾਂ। ਤੁਹਾਡਾ ਜਿਹੜਾ ਇਹ ਸੰਗੀਤਕ ਸਫ਼ਰ ਹੈਗਾ, ਇਸ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਜਿੱਦਾਂ ਬਾਕੀ ਸਾਰੇ ਸ਼ੁਰੂਆਤ ਕਰਦੇ ਕਿ ਸ਼ੁਰੂ ਤੋਂ ਹੀ ਕਹਿ ਦਿੰਦੇ ਕਿ ਮੈਂ ਬਚਪਨ ਤੋਂ ਕਰ ਰਿਹਾ ਜਾਂ ਮੈਂ ਬਚਪਨ ਤੋਂ ਸਿੱਖਣ ਲੱਗ ਗਿਆ, ਮੇਰਾ ਉੱਦਾਂ ਨਹੀਂ ਸੀ। ਮੈਂ ਕਾਲਜ ਟਾਈਮ ਸ਼ੁਰੂ ਕੀਤਾ ਤੇ ਕਾਲਜ ਦੇ ਸਮੇਂ 'ਚ ਜੀ ਕਾਲਜ ਟਾਈਮ ਸ਼ੁਰੂ ਕੀਤਾ ਤੇ ਉਸ ਟਾਈਮ ਜਦੋਂ ਕਾਲਜ 'ਚ ਐਜ਼ ਅ ਸਬਜੈਕਟ ਮੈਂ ਮਿਊਜ਼ਿਕ ਵੋਕਲ ਰੱਖ ਲਿੱਤਾ ਤੇ ਉੱਥੋਂ ਮੇਰੀ ਸ਼ੁਰੂਆਤ ਹੋ ਗਈ ਤੇ ਉੱਥੇ ਮੈਂ ਮਿਊਜ਼ਿਕ ਸਿੱਖਦੀ ਵੀ ਰਹੀ। ਹੌਲੀ ਹੌਲੀ ਮੈਂ ਯੂਥ ਫੈਸਟੀਵਲ ਤੱਕ ਪਹੁੰਚ ਗਈ, ਕਰਦੇ ਕਰਦੇ ਮੈਂ ਸਟੇਜ ਪਰਫੋਰਮੈਂਸਿਸ ਕਰਨ ਲੱਗ ਗਈ। ਹੌਲੀ ਹੌਲੀ ਇੱਧਰ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਸਿੰਗਿੰਗ ਲਾਈਨ 'ਚ ਆ ਗਈ, ਕੁਛ ਪਤਾ ਹੀ ਨਹੀਂ ਲੱਗਿਆ, ਬਸ ਆਪਣੇ ਆਪ ਹੀ ਹੁੰਦਾ ਗਿਆ। ਹੁਣ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ 10 ਗਲਤੀਆਂ ਤਾਂ ਤੁਹਾਡੀਆਂ ਹੀ ਨਿਕਲ ਗਈਆਂ ਹੋਣਗੀਆਂ ਅੰਗਰੇਜ਼ੀ ਦੀਆਂ ਨਾ, ਪਰ ਤੁਹਾਡੀ ਗੱਲ ਸੋਹਣੀ ਸੀਗੀ। ਤੁਸੀਂ ਆਪਣੇ ਪੜ੍ਹਨ ਲੱਗਿਆ ਨੇ ਹੀ ਵਿਸ਼ਾ ਹੈਗਾ ਜਿਹੜਾ ਚੁਣ ਲਿਆ ਸੀ ਸੰਗੀਤ ਦਾ ਤੇ ਅੱਗੇ ਅੱਗੇ ਵੱਧਦੇ ਗਏ ਤੇ ਆਈ ਪਤਾ ਨਹੀਂ ਲੱਗਦਾ ਹੁੰਦਾ ਵੀ 10 ਗਲਤੀਆਂ ਕਿਵੇਂ ਨਿਕਲ ਜਾਂਦੀਆਂ। ਐਕਚੁਅਲੀ ਆਦਤ ਬਣ ਜਾਂਦੀ ਹੈ ਆਪਣੀ ਰੂਟੀਨ ਲਾਈਫ ਦਾ। ਦਰਅਸਲ
दरअसल आदत बन जाती। अज मैं बहुत इंप्रूव करांगी, मतलब मैं बहुत सुधारूंगी अपने आप नु, अपनी पंजाबी नु काफी सुधार के जान वाली हां। इथों बिल्कुल ते आपां जिहड़ा जुर्माना हैगा ओह आपां कट्ठा ही रीत तो लै लेना हैगा, जदों थोड़ा जिहा समां वी रुकांगे ना उदों आपां इस दे विच जुर्माना हैगा जिहड़ा ओह पवाउणा शुरू कर देवांगे। तां रीत जिहड़ा पहली वार तुसीं गीत गाया सी ओह किहड़ा गीत गाया सी? सब तो पहले मेरे दो गाने एक मूवी च आए ने, फिल्म च आए ने, पंजाबी फिल्म च आए ने। ते उस तो पहले भी मैं हुण मैं फिर अंग्रेजी वर्ड दा मतलब शब्द नू मैं वरतो करूंगी, कवर सोंग बोलदे आ नू। ते मैं पहले एक गाना ओह कीता, फिर पंजाबी मूवी आम आदमी करके आई सी राज बराड़ जी दी, ओहदे विच मेरे दो मूवी च गाने सीगे फिल्म च। ते फिर उस तो बाद मैं डेब्यू अपना सोलो एक गाना कीता जो ना कर नखरे करके, इन हार्ट ओहदा टाइटल अंग्रेजी है, सॉरी माफ करना। ते फिर उस तो बाद एक गाना होर कीता मैं, मतलब कर रही हूं हौली हौली ਆਈ ਤੁਹਾਡਾ ਜਿਹੜਾ ਅੱਗੇ ਅੱਗੇ ਵੱਧਦਾ ਰਿਹਾ। ਜਦੋਂ ਕੁੜੀਆਂ ਖਾਸ ਤੌਰ ਤੇ ਸਕੂਲਾਂ ਕਾਲਜਾਂ ਚ ਹੁੰਦੀਆਂ ਨੇ ਨਾ, ਤੇ ਉਹ ਗਾਉਂਦੀਆਂ ਰਹਿੰਦੀਆਂ ਨੇ, ਗੁਣਗੁਣਾਉਂਦੀਆਂ ਰਹਿੰਦੀਆਂ ਹੈਗੀਆਂ ਨੇ, ਤੇ ਉਦੋਂ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੁੰਦਾ ਹੈਗਾ, ਬਹੁਤ ਘੱਟ ਹੁੰਦੀਆਂ ਜਿਹੜੀਆਂ ਕੁੜੀਆਂ ਸੋਚਦੀਆਂ ਹੈਗੀਆਂ ਨੇ ਨਾ ਕਿ ਅਸੀਂ ਸਕੂਲ ਚੋਂ ਨਿਕਲਾਂਗੇ ਬਾਹਰ ਤੇ ਕਾਲਜ ਚ ਜਾਵਾਂਗੇ ਤੇ ਉੱਥੇ ਜਾ ਕੇ ਵਿਸ਼ਾ ਹੀ ਇੱਕ ਸੰਗੀਤ ਨੂੰ ਰੱਖ ਲਵਾਂਗੇ ਤੇ ਇਸ ਖੇਤਰ ਦੇ ਵਿੱਚ ਵਧੀਆ ਅੱਗੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤਾਂ ਸਕੂਲ ਦੇ ਵਿੱਚ ਤਾਂ ਜਦੋਂ ਪੜ੍ਹਦੇ ਹੁੰਦੇ ਹੋ ਉਦੋਂ ਗਾਉਂਦਾ ਰਹਿੰਦਾ। ਤੇ ਤੁਹਾਡਾ ਇਹ ਰੁਝਾਨ ਸਕੂਲ ਦੇ ਸਮੇਂ ਤੋਂ ਹੀ ਸੀ ਕਿ ਜਦੋਂ ਤੁਸੀਂ ਕਾਲਜ ਦੇ ਵਿੱਚ ਆਏ ਉਦੋਂ ਤੁਹਾਡਾ ਰੁਝਾਨ ਹੈਗਾ ਸੰਗੀਤ ਵੱਲ ਜ਼ਿਆਦਾ ਵਧੀਆ? ਪਹਿਲੇ ਇੰਨਾ ਨਹੀਂ ਸੀ, ਜਦੋਂ ਮੈਂ ਕਾਲਜ ਵਿੱਚ ਸਟਾਰਟ ਕੀਤਾ, ਸ਼ੁਰੂ ਕੀਤਾ ਜਦੋਂ, ਉਦੋਂ ਹੀ ਮਤਲਬ ਮੈਨੂੰ ਪਹਿਲੇ ਪਤਾ ਵੀ ਨਹੀਂ ਸੀ ਕਿ ਮੈਂ ਗਾ ਸਕਦੀ ਹਾਂ। ਕਾਲਜ ਵਿੱਚ ਜਦ ਇੱਕ ਸਬਜੈਕਟ ਜੋ ਰੱਖਦੇ ਨੇ ਤਾਂ ਮੈਨੂੰ ਨਹੀਂ ਆਪਸ਼ਨ ਲੱਭਿਆ ਤਾਂ ਮੈਂ ਮਿਊਜ਼ਿਕ ਵੋਕਲ ਰੱਖਿਆ, ਔਰ ਮਿਊਜ਼ਿਕ ਵੋਕਲ ਰੱਖਣ ਨਾਲ ਫਿਰ ਮੈਨੂੰ ਪਤਾ ਲੱਗਿਆ। ਮੈਂ ਪਹਿਲੇ ਟੀਚਰ ਇੱਕ ਟੈਸਟ ਲੈਂਦੇ ਨੇ ਜਦੋਂ ਸਬਜੈਕਟ ਤੁਸੀਂ ਚੂਜ਼ ਕਰਦੇ ਹੋ, ਤਾਂ ਉਹ ਕਹਿੰਦੇ ਕਿ ਤੁਸੀਂ ਗਾਣਾ ਸੁਣਾਓ ਤਾਂ ਹੀ ਤੁਹਾਨੂੰ ਮਿਊਜ਼ਿਕ ਵੋਕਲ 'ਚ ਲਿਆ ਜਾਏਗਾ, ਨਹੀਂ ਤਾਂ ਨਹੀਂ ਲਿਆ ਜਾਏਗਾ। ਮੈਂ ਉੱਥੇ ਗਾਣਾ ਗਾਇਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਤਾਂ ਬਹੁਤ ਵਧੀਆ ਗਾਉਂਦੀ ਹੈ, ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਗਾ ਸਕਦੀ ਹਾਂ, ਤਾਂ ਮੇਰਾ ਸ਼ੁਰੂਆਤ ਹੋਈ ਮੇਰੀ। ਅੱਛਾ, ਉਸ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿ ਤੁਸੀਂ ਗਾਉਂਦੇ ਵੀ ਸੀ? ਤੁਸੀਂ ਸਕੂਲ 'ਚ ਗੀਤ ਨਹੀਂ ਸੁਣਾਉਂਦੇ ਹੁੰਦੇ ਸੀ? ਇੱਦਾਂ ਤਾਂ ਗਾ ਲੈਂਦੇ ਹਾਂ, ਉੱਦਾਂ ਤਾਂ ਗਾਉਂਦੇ ਹੀ ਰਹੀਦਾ। ਉਦੋਂ ਤੁਹਾਨੂੰ ਕਹਿੰਦੇ ਨਹੀਂ ਸੀ ਕਿ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਵੀ ਇਸ ਖੇਤਰ ਦੇ ਵਿੱਚ? ਕਹਿੰਦੇ ਸੀ, ਬਟ ਇੰਨਾ ਜ਼ਿਆਦਾ ਮੈਂ ਉਹ ਨਹੀਂ ਕੀਤਾ ਕਿ ਕਹਿੰਦੇ ਆਪਾਂ ਉਹਨੂੰ ਚੀਜ਼ ਨੂੰ ਇੰਨਾ ਤਵੱਜੋ ਨਹੀਂ ਦਿੱਤੀ ਕਿ ਵੀ ਸੋਚਿਆ ਨਹੀਂ ਸੀ ਕਿ ਜਾਣਾ ਉਸ ਲਾਈਨ 'ਚ, ਇਸ ਲਈ। ਇਸ ਕਰਕੇ ਫਿਰ ਜਦੋਂ ਉਹ ਗੀਤ ਸੁਣਾਇਆ ਤੁਸੀਂ, ਉਹ ਜਿਹੜੀ ਤੁਹਾਡੇ ਅਧਿਆਪਕ ਸੀ ਉਹਨਾਂ ਨੇ ਕਿਹੜਾ ਗੀਤ ਸੁਣਾਇਆ ਸੀ ਤੁਸੀਂ ਉਦੋਂ? ਮੈਂ ਉਦੋਂ ਗਾਣਾ ਸੁਣਾਇਆ ਸੀ ਉਹਨਾਂ ਨੂੰ ਨਸੀਬੋ ਦਾ, ਸੁਣਾ ਦਿਓ ਫਿਰ। ਰੋਗ ਲਾਗਿਓ ਸੱਜਣਾ ਵੱਲੇ, ਰੋ ਰੋ ਅਸੀਂ ਚੱਲੇ ਹੋ ਗਏ, ਹਾਏ ਰੋ ਰੋ ਅਸੀਂ ਚੱਲੇ ਹੋ ਗਏ, ਇੱਕ ਦੂਜੇ ਕੋਲੋਂ ਵੱਖ ਨਹੀਂ ਸਰਦੇ, ਅੱਜ ਕੱਲੇ ਕੱਲੇ ਹੋ ਗਏ। ਰੋਗ ਲਾਗਿਓ ਹਾਏ ਰੋਗ ਲਾਗਿਓ। ਬਹੁਤ ਸੋਹਣਾ, ਇੰਨਾ ਹੀ ਸੋਹਣਾ ਤੁਸੀਂ ਉਦੋਂ ਗਾਇਆ ਸੀ ਕਿ ਹੁਣ ਜ਼ਿਆਦਾ ਸੰਗੀਤ ਦਾ ਗਿਆਨ ਜਦੋਂ ਆ ਜਾਂਦਾ ਉਦੋਂ? ਮਤਲਬ ਸਿੱਖਦੇ ਆ ਰਹੇ ਹਾਂ ਉਦੋਂ ਤੋਂ, ਉਹਦੇ ਨਾਲ ਫਰਕ ਪਿਆ। ਕਿੰਨਾ ਸਾਲ ਹੋ ਗਏ ਤੁਹਾਨੂੰ ਕਿ ਇਹ ਸੰਗੀਤ ਸਿੱਖ ਰਹੇ? ਮੈਨੂੰ 6-7 ਸਾਲ ਹੋ ਚੁੱਕੇ ਆ ਸੰਗੀਤ ਸਿੱਖਦੇ ਹੋਏ। ਹਾਂਜੀ ਹਾਂਜੀ। ਤੇ ਰੋਜ਼ ਰਿਆਜ਼ ਕਰਦੇ ਹੋ? ਕਰਦੀ ਹਾਂ ਹਾਂਜੀ। ਤੁਸੀਂ ਰੀਤ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਤੁਹਾਡਾ ਜਿਹੜਾ ਮਾਹੌਲ ਹੈਗਾ ਜਿਹੜਾ ਘਰ ਦਾ ਉਹ ਕਿਸ ਤਰ੍ਹਾਂ ਦਾ? ਮੈਂ ਲੁਧਿਆਣੇ ਤੋਂ, ਲੁਧਿਆਣੇ ਸ਼ਹਿਰ, ਲੁਧਿਆਣੇ ਚ ਮੈਂ ਪੈਦਾ ਵੀ ਉੱਥੇ ਹੀ ਹੋਈ ਆ। ਸ਼ਹਿਰ ਤੇ? ਹਾਂਜੀ ਸ਼ਹਿਰ ਦੀ ਆ ਮੈਂ ਬਿਲਕੁਲ, ਤੇ ਉੱਥੇ ਹੀ ਪੜ੍ਹੀ, ਉੱਥੇ ਹੀ ਪੜ੍ਹਾਈ ਕੀਤੀ ਆ ਪੂਰੀ, ਮਤਲਬ ਹਜੇ ਤੱਕ ਦੀ ਮੇਰੀ ਜੋ ਵੀ ਮੇਰਾ ਸਫ਼ਰ ਰਿਹਾ ਉਹ ਲੁਧਿਆਣੇ ਹੀ ਕੱਟਿਆ। ਤੇ ਲੁਧਿਆਣਾ ਸ਼ਹਿਰ ਤਾਂ ਖੈਰ ਵਿਕਸਿਤ ਸ਼ਹਿਰਾਂ ਦੀ ਗਿਣਤੀ ਦੇ ਵਿੱਚ ਆ ਜਾਂਦਾ ਹੈਗਾ, ਤੇ ਫਿਰ ਮਾਪਿਆਂ ਨੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਜਤਾਇਆ ਕਿ ਤੁਸੀਂ ਸੰਗੀਤ ਦੇ ਖੇਤਰ ਦੇ ਵਿੱਚ ਆਉਣਾ, ਗਾਇਕੀ ਦੇ ਖੇਤਰ ਦੇ ਵਿੱਚ ਆਉਣਾ? ਨਹੀਂ, ਇੱਦਾਂ ਹੈ ਕਿ ਪਹਿਲੇ ਥੋੜ੍ਹਾ ਜਿਹਾ ਹੋਇਆ ਜਦੋਂ ਮੈਂ ਸ਼ੁਰੂ ਕੀਤਾ, ਉਦੋਂ ਜਿਵੇਂ ਫਾਦਰ ਹਮੇਸ਼ਾ ਕਰਦੇ ਆ, ਪਰ ਮੇਰੇ ਮੰਮਾ ਨੇ ਹਮੇਸ਼ਾ ਮੇਰਾ ਬਹੁਤ ਸਪੋਰਟ ਕੀਤਾ, ਹਜੇ ਤੱਕ ਵੀ ਮੇਰੇ ਨਾਲ ਖੜੇ ਆ ਉਹ, ਤੇ ਜਿਨ੍ਹਾਂ ਦੀ ਵਜ੍ਹਾ ਕਰਕੇ ਹੀ ਸ਼ਾਇਦ ਮੈਂ ਕੁਛ ਕਰ ਪਾਈ ਹਾਂ ਲਾਈਫ 'ਚ। ਜੇ ਉਹ ਨਾ ਸਾਥ ਦਿੰਦੇ ਤਾਂ ਸ਼ਾਇਦ ਨਹੀਂ ਕਰ ਪਾਉਂਦੀ ਕੁਛ ਵੀ, ਉਹਨਾਂ ਦੀ ਵਜ੍ਹਾ ਨਾਲ ਹੀ ਜੋ ਵੀ ਮੈਂ ਹੁਣ ਤੱਕ ਕੀਤਾ, ਹਜੇ ਬਹੁਤ ਕੁਛ ਕਰਨਾ ਵੀ ਹੈ, ਤੇ ਉਹਨਾਂ ਦੇ ਸਾਥ ਨਾਲ ਹੀ ਹੈ ਜੋ ਵੀ ਹੈ ਹਜੇ ਤੱਕ ਵੀ।
ਮਾਂ ਦੇ ਸਾਥ ਨਾਲ, ਮਾਂ ਦੇ ਸਾਥ ਨਾਲ, ਮਾਂ ਦਾ ਸਿਰ ਤੇ ਹੱਥ ਰਿਹਾ ਤਾਂ ਤੁਸੀਂ ਅੱਗੇ ਅੱਗੇ ਵਧਦੇ ਗਏ, ਉਹੀ ਸਭ ਕੁਝ ਨੇ। ਫਿਰ ਕਾਲਜ ਦੀ ਪੜ੍ਹਾਈ ਪੂਰੇ ਹੁੰਦਿਆਂ ਸਾਰ ਤੁਸੀਂ ਇਹ ਸੋਚਿਆ ਕਿ ਕੋਈ ਗੀਤ ਮੈਂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂ, ਜਾਂ ਉਸੇ ਦੌਰਾਨ ਤੁਸੀਂ ਸੋਚ ਲਿਆ ਸੀਗਾ ਕਿ ਮੈਂ ਜਦੋਂ ਮੇਰੀ ਪੜ੍ਹਾਈ ਹੈਗੀ ਹੈ ਜਿਹੜੀ ਪੂਰੀ ਹੋਣੀ ਆ ਤੇ ਫਿਰ ਮੈਂ ਉਹ ਗਾਇਕੀ ਨੂੰ ਆਪਣਾ ਇੱਕ ਕਿੱਤਾ ਬਣਾ ਲੈਣਾ? ਨਹੀਂ, ਉਦੋਂ ਜਦੋਂ ਸ਼ੁਰੂ ਕੀਤਾ ਉਦੋਂ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਇਸ ਕਾਬਿਲ ਹਾਂ ਕਿ ਮੈਂ ਹੁਣੀ ਸ਼ੁਰੂ ਕਰਦਾ। ਥੋੜ੍ਹਾ ਵਕਤ ਲਿਆ ਕਿਉਂਕਿ ਮੈਂ ਹਜੇ ਕੁਛ ਇੱਕ ਸਾਲ ਵੀ ਨਹੀਂ ਹੋਇਆ ਹਜੇ, ਮੈਨੂੰ ਲੱਗਦਾ ਕੁਛ ਮਹੀਨੇ ਹੋਏ ਆ, ਮੈਨੂੰ 4-5 ਮਹੀਨੇ ਹੋਏ ਨੇ ਸਿਰਫ ਸ਼ੁਰੂ ਕੀਤੇ ਜਦੋਂ ਮੇਰੇ ਗਾਣੇ ਆਏ ਨੇ। ਉਸ ਤੋਂ ਬਾਅਦ ਮੈਂ ਥੋੜ੍ਹਾ ਮਤਲਬ ਪੌਜ਼ ਲਿਆ, ਥੋੜ੍ਹਾ ਰੁਕੀ, ਥੋੜ੍ਹਾ ਸਿੱਖਿਆ, ਅਤੇ ਗੁਰੂ ਨੇ ਲੁਧਿਆਣੇ 'ਚ CN ਭੱਲਾ ਜੀ ਉਹਨਾਂ ਤੋਂ ਸਿੱਖਿਆ ਮੈਂ, ਟਾਈਮ ਲੈ ਕੇ ਉਸ ਤੋਂ ਬਾਅਦ ਮੈਂ ਇਹ ਕੀਤਾ, ਗਾਣੇ ਕੀਤੇ। ਜਦੋਂ ਉਹ ਵੀ ਮੈਂ ਖੁਦ ਇਹ ਨਹੀਂ ਕੀਤਾ ਕਿ ਮੈਂ ਖੁਦ ਕਰ ਲਿਆ ਹੋਵੇ, ਮੈਨੂੰ ਇੱਕ ਆਫਰ ਆਈ ਮੂਵੀ 'ਚ ਗਾਉਣ ਲਈ, ਫਿਲਮ 'ਚ ਗਾਉਣ ਲਈ, ਤਾਂ ਮੈਂ ਪਹਿਲੇ ਉਹੀ ਗਾਣੇ ਕੀਤੇ। ਕਿਹੜੀ ਫਿਲਮ ਸੀ ਜਿਸਦਾ ਪਹਿਲਾਂ ਤੁਹਾਨੂੰ ਸੱਦਾ ਆਇਆ? ਆਮ ਆਦਮੀ ਇੱਕ ਫਿਲਮ ਆਈ ਸੀ ਹੁਣੀ, ਰਾਜ ਬਰਾੜ ਜੀ ਦੀ ਕਾਫੀ ਟਾਈਮ ਤੋਂ ਵੇਟ ਸੀ ਉਸ ਮੂਵੀ ਦੀ, ਅਤੇ ਹੁਣ ਉਹ ਆਈ ਸੀ, ਉਹਦੇ ਵਿੱਚ ਮੇਰੇ ਦੋ ਗਾਣੇ ਸੀਗੇ। ਪਹਿਲਾ ਗੀਤ ਕਿਹੜਾ ਸੀ ਜਿਹੜਾ ਤੁਹਾਨੂੰ ਕਿਹਾ ਗਿਆ ਸੀ ਕਿ ਇਹ ਗੀਤ ਗਾਉਣਾ ਤੁਸੀਂ? ਪਹਿਲਾ ਗਾਣਾ ਸੀ ਕਿਸੇ ਦਾ ਰਾਜ਼, ਤੇ ਉਹ ਸੁਣਾ ਦਈਏ ਫਿਰ ਤੁਸੀਂ। ਸਾਡੀ ਮੁਹੱਬਤ ਰਸਮਾਂ ਦੀ ਮੋਹਤਾਜ ਕਿਉਂ ਹੋਵੇ, ਮੋਹਤਾਜ ਕਿਉਂ ਹੋਵੇ, ਮੋਹਤਾਜ ਕਿਉਂ ਹੋਵੇ, ਸਾਡੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ। ਅਪਰੋਚ ਕੀਤਾ ਮਿਊਜ਼ਿਕ ਡਾਇਰੈਕਟਰ ਨੇ ਕਿ ਇਹ ਗਾਣਾ ਤੁਸੀਂ ਗਾ ਦੇਣਾ, ਤੇ ਮੈਂ ਗਾ ਦਿੱਤਾ। ਪਹਿਲੇ ਇੱਕ ਡੰਮੀ ਬਣਾਈ ਗਈ ਸੀ ਕਿ ਪਹਿਲੇ ਇੱਕ ਡੰਮੀ ਸੌਂਗ ਤਿਆਰ ਕੀਤਾ ਜਾਂਦਾ, ਕਈ ਵਾਰੀ ਉਹ ਪਹੁੰਚ ਜਾਂਦਾ ਮਤਲਬ ਮੂਵੀ ਤੱਕ, ਫਿਲਮ ਤੱਕ ਪਹੁੰਚਦਾ, ਕਈ ਵਾਰੀ ਉਹ ਪਹੁੰਚਦਾ ਹੀ ਨਹੀਂ ਹੈ, ਉਹ ਇੱਕ ਡੰਮੀ ਬਣ ਕੇ ਹੀ ਰਹਿ ਜਾਂਦਾ, ਤੁਸੀਂ ਅੱਗੇ ਨਹੀਂ ਵੱਧ ਪਾਉਂਦੇ। ਅਗਰ ਜਿਹੜੇ ਫਿਲਮ ਦੇ ਪ੍ਰੋਡਿਊਸਰ ਹੁੰਦੇ ਆ ਉਹਨਾਂ ਦੇ ਉੱਤੇ ਇਹ ਚੀਜ਼ ਡਿਪੈਂਡ ਕਰਦੀ ਹੈ, ਅਤੇ ਉਹਨਾਂ ਨੇ ਉਹ ਗਾਣਾ ਮੇਰੀ ਆਵਾਜ਼ 'ਚ ਉਹਨਾਂ ਨੂੰ ਡੰਮੀ ਅੱਛੀ ਲੱਗੀ, ਵਧੀਆ ਲੱਗੀ, ਅਤੇ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਇਹੀ ਕੁੜੀ ਤੋਂ ਗਵਾਉਣਾ, ਨਹੀਂ ਤਾਂ ਉਹ ਗਾਣਾ ਕਿਸੇ ਹੋਰ ਨੇ ਸੀ, ਲੇਕਿਨ ਉਹ ਮੇਰੀ ਝੋਲੀ ਪੈ ਗਿਆ। ਉਹ ਤੁਸੀਂ ਉਸਦੇ ਲਈ ਚੁਣੇ ਗਏ? ਜੀ, ਪਹਿਲੇ ਇੱਕ ਗਾਣਾ ਗਾਇਆ, ਤਾਂ ਫਿਰ ਉਹਨਾਂ ਨੇ ਕਿਹਾ ਕਿ ਸਾਡੇ ਇੱਕ ਹੋਰ ਗਾਣਾ ਹੈ ਜੋ ਉਹ ਜਿਸ ਲਈ ਵੋਕਲ ਚਾਹੀਦੀ ਹੈ ਲੜਕੀ ਦੀ, ਤਾਂ ਇਹੀ ਕੁੜੀ ਗਾਏਗੀ, ਤਾਂ ਉਹਨਾਂ ਨੇ ਖੁਦ ਹੀ ਕਹਿ ਦਿੱਤਾ। ਫਿਰ ਇੱਕ ਗਾਣਾ ਮੇਰਾ ਜੋ ਹੋਰ ਗਾਣਾ ਸੀ ਉਹ ਰਾਜ ਬਰਾੜ ਜੀ ਨਾਲ ਹੀ ਸੀਗਾ, ਉਹਨਾਂ ਦੇ ਨਾਲ ਹੀ, ਉਹਨਾਂ ਦਾ ਹੀ ਗਾਣਾ ਸੀ, ਉਹਨਾਂ ਨਾਲ ਡੁਇਟ ਸੀਗਾ ਇੱਕ। ਤੇ ਜਦੋਂ ਤੁਹਾਡੇ ਤੱਕ ਇਹ ਪਹੁੰਚਿਆ ਕਿ ਫਿਲਮ ਹੈਗੀ ਹੈ, ਇਸ ਦੇ ਵਿੱਚ ਤੁਸੀਂ ਗੀਤ ਗਾਉਣਾ ਹੈਗਾ, ਤਾਂ ਤੁਹਾਨੂੰ ਪਹਿਲੀ ਵਾਰ ਹੈਗਾ ਜਦੋਂ ਤੁਹਾਡੇ ਤੱਕ ਇਹ ਸੱਦਾ ਪਹੁੰਚਿਆ ਹੈਗਾ, ਤਾਂ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕੀਤਾ? ਤੁਸੀਂ ਵਿਸ਼ਵਾਸ ਕੀਤਾ ਕਿ ਤੁਹਾਨੂੰ ਐਂ ਤਾਂ ਨਹੀਂ ਲੱਗਿਆ ਵੀ ਇਹ ਕਿਸੇ ਨੇ ਮਜ਼ਾਕ ਤਾਂ ਨਹੀਂ ਕੀਤਾ? ਪਹਿਲੇ ਸ਼ਾਇਦ ਇੱਦਾਂ ਲੱਗਿਆ ਕਿ ਇੱਕ ਡੰਮੀ ਬਣਾਉਂਗੀ ਔਰ ਕੁਛ ਹੋਏਗਾ ਨਹੀਂ ਔਰ ਮੈਂ ਘਰ ਆ ਜਾਵਾਂਗੀ, ਪਰ ਮੈਨੂੰ ਮਤਲਬ ਮੈਂ ਉਮੀਦ ਨਹੀਂ ਕੀਤੀ ਉਸ ਚੀਜ਼ ਤੋਂ। ਬਾਅਦ 'ਚ ਜਦੋਂ ਮੈਨੂੰ ਕਿਹਾ ਗਿਆ ਕਿ ਹਾਂ ਜੋ ਮੈਂ ਡੰਮੀ ਗਾਈ ਸੀ ਡੰਮੀ ਹੀ ਫਾਈਨਲ ਹੋ ਗਿਆ, ਔਰ ਮੈਨੂੰ ਦੁਬਾਰਾ ਗਾਉਣ ਲਈ ਵੀ ਬੁਲਾਇਆ ਨਹੀਂ ਗਿਆ, ਉਹੀ ਫਿਲਮ ਦੇ ਵਿੱਚ ਪਾਇਆ ਗਿਆ ਜੋ ਡੰਮੀ ਮੈਨੇ ਕੀਤੀ ਸੀ, ਫਾਈਨਲ ਡਬਿੰਗ ਵੀ ਨਹੀਂ ਹੋਈ, ਉਹੀ ਫਾਈਨਲ ਰੱਖ ਲਈ ਉਹਨਾਂ ਨੇ। ਤੇ ਤੁਹਾਡਾ ਹੌਸਲਾ ਹੈਗਾ ਜਿਹੜਾ? ਮੇਰਾ ਹੌਸਲਾ ਹੋਰ ਵੱਧ ਗਿਆ, ਫਿਰ ਇੱਕ ਹੋਰ ਗਾਣਾ ਉਹਨਾਂ ਨੇ ਮੈਨੂੰ ਕਿਹਾ ਗਾਉਣ ਲਈ, ਫਿਰ ਮੈਂ ਉਹ ਵੀ ਗਾ ਕੇ ਆਈ। ਜਾ ਤਜਰਬਾ ਕਿਸ ਤਰ੍ਹਾਂ ਦਾ ਸੀ, ਕਿਸ ਤਰ੍ਹਾਂ ਦੇ ਲੋਕ ਮਿਲੇ, ਤੇ ਜਦੋਂ ਤੁਸੀਂ ਪਹਿਲੀ ਵਾਰ ਇੱਕ ਮਤਲਬ ਕਿੱਤੇ ਵਜੋਂ ਗਾਇਕੀ ਨੂੰ ਤੁਸੀਂ ਆਪਣੀ ਅਜ਼ਮਾਉਣ ਲੱਗੇ, ਗਾਉਣ ਲੱਗੇ ਸੀ, ਤੇ ਉਦੋਂ ਕਿਸ ਤਰ੍ਹਾਂ ਦਾ ਤਜਰਬਾ ਸੀ ਤੇ ਕੀ ਮਹਿਸੂਸ ਕਰ ਰਹੇ ਸੀ ਤੁਸੀਂ? ਬਹੁਤ ਵਧੀਆ ਲੱਗਿਆ, ਜੋ ਸੋਚ ਰਹੀ ਸੀ ਕਿ ਇੱਕ ਵਧੀਆ ਮੈਨੂੰ ਸ਼ੁਰੂਆਤ ਮਿਲੇ, ਇਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਨੂੰ ਸ਼ੁਰੂਆਤ ਹੋ ਸਕਦੀ ਹੈ ਕਿਸੇ ਦੀ, ਕਿ ਤੁਸੀਂ ਇੱਕ ਫਿਲਮ 'ਚ ਗਾ ਰਹੇ ਹੋ, ਇੱਕ ਪਲੇਬੈਕ ਸਿੰਗਿੰਗ ਕਰ ਰਹੇ ਹੋ, ਇਸ ਤੋਂ ਵਧੀਆ ਸ਼ੁਰੂਆਤ ਹੋ ਨਹੀਂ ਸਕਦੀ ਸੀ ਸ਼ਾਇਦ, ਮੈਂ ਸੋਚਿਆ ਵੀ ਨਹੀਂ ਸੀ, ਅਤੇ ਵਧੀਆ ਐਕਸਪੀਰੀਅੰਸ ਸੀਗਾ। ਜਿੰਨੇ ਵੀ ਬੰਦੇ ਸੀ, ਜੋ ਮਿਊਜ਼ਿਕ ਡਾਇਰੈਕਟਰ ਸੀ, ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ, ਕਿਉਂਕਿ ਪਹਿਲਾਂ ਸੀ, ਸਪੋਰਟ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹਨਾਂ ਨੇ ਕੀਤਾ ਵੀ। ਫਿਰ ਉਸ ਤੋਂ ਬਾਅਦ ਦਾ ਅੱਗੇ ਦਾ ਤਜਰਬਾ? ਅੱਗੇ ਚੱਲਦਾ ਆ ਰਿਹਾ, ਹੁਣ ਵੀ ਕਰ ਰਹੇ ਹਾਂ। ਇਕੱਲਾ ਗੀਤ ਹੈਗਾ ਜਿਹੜਾ ਉਹ ਲੈ ਕੇ ਆਉਣਾ? ਨਹੀਂ, ਮੇਰਾ ਏਮ ਹੈ ਕਿ ਮੈਂ ਪਲੇਬੈਕ ਸਿੰਗਰ ਬਣਾ,
पर कंपटीशन जेड़ा हुण चल रहा एक दौर कहिंदे हुंदे आ ना दौर चल रहा है कि तुसी अगर तुसी जे अगे वधना तां तुहानूं कैमरे अगे ही आना पएगा तुहानूं परफॉर्म करना पएगा ਇਹ ਚੀਜ਼ਾਂ ਆ ਚੁੱਕੀਆਂ ਨੇ ਜਿਹਦੇ ਕਰਕੇ ਤੁਸੀਂ ਜੇ ਪਲੇਬੈਕ ਸਿੰਗਰ ਵੀ ਬਣਨਾ ਉਹਦੇ ਲਈ ਵੀ ਦੌੜ ਬਹੁਤ ਲੰਬੀ ਹੈ ਜੇ ਤੁਸੀਂ ਸਾਹਮਣੇ ਆਓਗੇ ਤਾਂ ਹੀ ਤੁਹਾਡੇ ਤੋਂ ਗਾਣਾ ਗਵਾਇਆ ਜਾਏਗਾ ਉਸ ਤੋਂ ਬਿਨਾਂ ਤੁਸੀਂ ਗਾ ਨਹੀਂ ਸਕਦੇ ਹੋ ਉਸ ਦੌੜ ਦੇ ਵਿੱਚ ਮੈਂ ਵੀ ਸ਼ਾਮਲ ਹੋ ਗਈ ਕਿ ਠੀਕ ਹੈ ਜੇ ਇਹੀ ਰਸਤਾ ਤਾਂ ਫਿਰ ਇਹ ਰਸਤੇ 'ਤੇ ਚੱਲ ਕੇ ਆਪਾਂ ਕਰ ਲੈਂਦੇ ਹਾਂ ਕਿ ਅਗਰ ਸਾਹਮਣੇ ਆ ਕੇ ਆਡੀਅੰਸ ਦੇਖਦੀ ਹੈ ਪਸੰਦ ਕਰਦੀ ਹੈ ਫਿਰ ਤੁਹਾਨੂੰ ਅੱਗੇ ਪਲੇਬੈਕ ਸਿੰਗਿੰਗ 'ਚ ਵੀ ਤੁਸੀਂ ਕਰ ਸਕਦੇ ਹੋ ਤੇ ਮਨ 'ਚ ਡਰ ਸੀਗਾ ਉਦੋਂ ਜਦੋਂ ਤੁਸੀਂ ਸੋਚਿਆ ਕਿ ਇਹ ਵਾਲਾ ਦੌਰ ਚੱਲ ਰਿਹਾ ਤੇ ਮੈਂ ਖੁਦ ਨੂੰ ਅੱਗੇ ਲਿਆਉਣਾ ਹੈਗਾ ਹੈ ਉਦੋਂ ਤੁਸੀਂ ਕੀ ਸੋਚਦੇ ਸੀ ਇੱਕ ਵਾਰੀ ਮਨ ਕੀਤਾ ਸੀ ਕਿ ਨਹੀਂ ਮੈਂ ਪਿੱਛੇ ਰਹਿ ਕੇ ਹੀ ਗਾਉਣਾ ਹੈ ਪਹਿਲੇ ਇੱਦਾਂ ਸੀ ਕਿ ਮੈਂ ਸਿਰਫ ਪਲੇਬੈਕ ਸਿੰਗਰ ਹੀ ਬਣਨਾ ਸ਼ੁਰੂ ਇੱਦਾਂ ਹੀ ਕੀਤਾ ਸੀ ਪਰ ਉਹੀ ਗੱਲ ਹੈ ਵੀ ਰਸਤੇ ਜਿੱਦਾਂ ਬਣਦੇ ਜਾਂਦੇ ਆ ਮੌਕਾ ਮਿਲਿਆ ਗਾਣ ਦਾ ਫਿਰ ਉਹ ਵੀ ਕਰ ਲਿਆ ਫਿਰ ਸੋਲੋ ਆਪਣਾ ਇੱਕ ਸਿੰਗਲ ਟਰੈਕ ਵੀ ਕਰ ਲਿਆ ਉਹ ਮੌਕਾ ਮਿਲਿਆ ਫਿਰ ਇੱਕ ਹੋਰ ਕਰਨ ਦਾ ਮੌਕਾ ਮਿਲ ਗਿਆ ਉਹ ਵੀ ਕਰ ਲਿਆ ਬਸ ਇਹ ਮੌਕਿਆਂ ਤੇ ਹੀ ਆ ਵੀ ਅਗਰ ਤੁਸੀਂ ਕਹੋ ਵੀ ਤੁਸੀਂ ਆਪ ਸੋਚਦੇ ਹੋ ਤਾਂ ਸੋਚ ਕੇ ਤਾਂ ਹੁੰਦਾ ਨਹੀਂ ਕਿੰਨੇ ਗੀਤ ਹੁਣ ਤੱਕ ਤੁਸੀਂ ਗਾ ਚੁੱਕੇ ਹੋ ਮੈਂ ਗਾਣੇ ਮੈਂ ਦੋ ਹੋਰ ਵੀ ਆਪਣੇ ਜਿਹੜੇ ਅਪਕਮਿੰਗ ਹੈ ਜਿਹੜੇ ਮੈਂ ਤਿਆਰ ਕਰ ਚੁੱਕੀ ਹਾਂ ਦੋ ਵੀ ਕਰ ਚੁੱਕੀ ਹਾਂ ਅਤੇ ਪਹਿਲੇ ਮੈਂ ਮੇਰੇ ਦੋ ਕਵਰ ਸੌਂਗ ਆ ਚੁੱਕੇ ਨੇ ਦੋ ਪਲੇਬੈਕ ਸਿੰਗਿੰਗ ਕਰ ਲਈ ਮੂਵੀ 'ਚ ਗਾਣੇ ਆ ਚੁੱਕੇ ਨੇ ਅਤੇ ਦੋ ਮੇਰੇ ਉੱਦਾਂ ਟਰੈਕ ਆ ਗਏ ਸਿੰਗਲ ਸਿੰਗਲ ਤੇ ਕਿਹੜਾ ਕਿਹੜਾ ਗੀਤ ਲੱਗਦਾ ਤੁਹਾਨੂੰ ਕਿ ਇਹ ਗੀਤ ਆ ਨਾ ਜਿਹੜਾ ਉਹ ਸਭ ਤੋਂ ਵਧੀਆ ਹਜੇ ਤੱਕ ਮੈਨੂੰ ਇੱਦਾਂ ਦਾ ਨਹੀਂ ਲੱਗ ਰਿਹਾ ਕਿ ਮੈਂ ਬਹੁਤ ਵਧੀਆ ਕੁਛ ਕਰ ਲਿਆ ਹਜੇ ਜੋ ਮੈਂ ਚਾਹੁੰਦੀ ਹਾਂ ਸ਼ਾਇਦ ਮੈਂ ਹਜੇ ਨਹੀਂ ਕਰ ਪਾਈ ਕਿਉਂਕਿ ਇਹ ਸਭ ਕਿਸੇ ਦੇ ਕਹਿਣ 'ਤੇ ਕਰ ਰਹੀ ਹਾਂ ਕਿ ਇਹ ਕਰੋ ਇਹ ਕਰੋ ਇਹ ਕਰੋ ਹਜੇ ਉਹ ਵਕਤ ਨਹੀਂ ਆਇਆ ਕਿ ਜਦੋਂ ਮੈਂ ਇਹ ਕਹਾਂ ਕਿ ਮੈਂ ਇਹ ਕਰਨਾ ਚਾਹੁੰਦੀ ਹਾਂ ਅਤੇ ਮੈਂ ਇਹ ਕਰਨਾ ਉਸ ਸਮੇਂ ਦੀ ਉਡੀਕ ਹੈ ਉਸ ਸਮੇਂ ਦੀ ਉਡੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਸਾਡੇ ਵਿਹੜੇ ਰੌਣਕਾਂ ਲਗਾਈਆਂ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਤੁਹਾਡੇ ਨਾਲ ਮੁਲਾਕਾਤ ਕੱਲ ਹੋਊਗੀ ਤੇ ਕੱਲ ਨਵੇਂ ਮਹਿਮਾਨ ਦੇ ਨਾਲ ਮਿਲਾਂਗੇ ਅਸੀਂ ਤੇ ਤੁਸੀਂ ਪੰਜਾਬੀ ਨੂੰ ਪ੍ਰਫੁੱਲਿਤ ਕਰਦੇ ਰਿਹਾ ਕਰੋ ਪੰਜਾਬੀ ਬੋਲਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਬੋਲਿਆ ਕਰੋ ਹੋਰ ਬੋਲੀਆਂ ਵੀ ਸਿੱਖੋ ਪਰ ਪੰਜਾਬੀ ਨੂੰ ਧੁੰਦਲੀ ਨਾ ਪੈਣ ਦਿਓ ਹੁਣ ਕੱਲ ਮੁਲਾਕਾਤ ਹੋਊਗੀ ਤੇ ਆਪਣਾ ਬਹੁਤ ਬਹੁਤ ਖਿਆਲ ਰੱਖੋ ਸਤਿ ਸ਼੍ਰੀ ਅਕਾਲ